ਕਰੋ ਜੀ। ਅੱਜ ਦਰਬਾਰ ਬਾਬਾ ਮੀਨਾ ਸ਼ਾਹ ਜੀ ਦੇ ਡ੍ਰੀਮਲੈਨ ਵਿਖੇ ਜੋ 26 ਜਨਵਰੀ ਆਪਣਾ ਗਣਤੰਤਰ ਦਿਵਸ ਜੋ ਸਾਰੇ ਦੇਸ਼ ਵਾਸੀ ਮਨਾਉਂਦੇ ਨੇ ਅਤੇ ਅੱਜ ਸਾਡੇ ਬਾਬਾ ਜੀ ਵੱਲੋਂ ਸੁਨੇਹਾ ਲੱਗਿਆ ਅਤੇ ਸਾਰੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਕੌਮੀ ਝੰਡੇ ਨੂੰ ਸਲਾਮੀ ਵੀ ਦਿੱਤੀ ਹੈ ਅਤੇ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਉਸ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਆਜ਼ਾਦੀ ਉਪਰੰਤ ਸਾਨੂੰ ਜਿਹੜੀ ਅਸਲੀ ਆਜ਼ਾਦੀ 26 ਜਨਵਰੀ 1950 ਵਿਖੇ ਜਦੋਂ ਸਾਨੂੰ ਸਾਡੇ ਆਪਣਾ ਕੌਂਸਟੀਟਿਊਸ਼ਨ ਦੇ ਨਿਰਮਾਤਾ ਡਾਕਟਰ B.R. ਅੰਬੇਦਕਰ ਜੀ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਡਰਾਫਟ ਕੀਤਾ ਕੌਂਸਟੀਟਿਊਸ਼ਨ, ਮੈਂ ਅੱਗੇ ਵੀ ਕਿਹਾ ਜਿਹੜੀ ਅਸਲੀ ਆਜ਼ਾਦੀ ਸਾਨੂੰ ਮਿਲੀ, ਜੋ ਦੇਸ਼ ਉਸ ਤੋਂ ਬਾਅਦ ਯੂਨਿਟੀ ਵੱਲ ਅਤੇ ਯੂਨੀਕਨੈਸ ਵੱਲ ਸਾਡਾ ਚੱਲਿਆ, ਕਿਉਂਕਿ ਅੱਗੇ ਅੰਗਰੇਜ਼ਾਂ ਦੇ ਟਾਈਮ 'ਤੇ ਜੋ ਸਾਨੂੰ ਲੁੱਟਿਆ ਕੁੱਟਿਆ, ਉਸ ਤੋਂ ਬਾਅਦ ਜੋ ਕੌਂਸਟੀਟਿਊਸ਼ਨ ਨੇ ਸਾਨੂੰ ਇੱਕ ਇਕੱਠੇ ਕੀਤਾ ਸਾਰੀ ਸਟੇਟਾਂ ਨੂੰ, ਅਤੇ ਆਪਾਂ ਦੇਸ਼ ਇੱਕ ਹਿੰਦੁਸਤਾਨ ਅਤੇ ਇੱਕ ਭਾਰਤ ਨਾਂ ਦਾ ਇੱਕ ਦੇਸ਼, ਜੋ ਆਜ਼ਾਦੀ ਜਿਹੜੀ ਅਸਲੀ ਸਾਨੂੰ ਮਿਲੀ ਉਹਦੀ ਆਪਾਂ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਅੱਜ ਦੇ ਦਿਨ 'ਤੇ ਉਨ ਸ਼ਹੀਦਾਂ ਨੂੰ ਸਤਿ ਸਤਿ ਨਮਨ ਕਰਦਾ ਅਤੇ ਉਹਨਾਂ ਦੇ ਫੁੱਲ ਸ਼ਰਧਾ ਦੇ ਫੁੱਲ ਭੇਟ ਕਰਦਾ। ਗਣਤੰਤਰ ਦਿਵਸ 'ਤੇ ਮੇਰੇ ਵੱਲੋਂ ਦਰਬਾਰ ਸ੍ਰੀ ਸੱਚਖੰਡ ਸਿੱਧ ਪੀਠ ਨੈਣਾ ਦੇਵੀ ਵੱਲੋਂ ਸੱਚਖੰਡ ਦਰਬਾਰ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਇੱਦਾਂ ਹੀ ਮਾਲਕ ਦੇ ਝੰਡੇ ਝੂਲਦੇ ਰਹਿਣ, ਇੱਦਾਂ ਹੀ ਮੇਰੇ ਦੇਸ਼ ਦਾ ਨਾਮ ਦੁਨੀਆ ਦੇ ਕੋਨੇ ਕੋਨੇ ਵਿੱਚ ਰੋਸ਼ਨ ਹੋਵੇ, ਸਾਡੇ ਦੇਸ਼ ਦਾ ਨਾਮ, ਸਾਡਾ ਭਾਰਤ ਵਾਸੀ ਇੱਦਾਂ ਹੀ ਸਾਰੇ ਖੁਸ਼ੀਆਂ ਮਨਾਉਂਦੇ ਰਹਿਣ। ਵੈਸੇ ਤਾਂ ਰਾਮ ਰਾਜ ਆ ਗਿਆ, ਹੁਣ ਖੁਸ਼ੀਆਂ ਹੀ ਖੁਸ਼ੀਆਂ ਚਾਰੋਂ ਪਾਸੇ, ਅਤੇ ਇੱਦਾਂ ਹੀ ਸਾਡੇ ਸਾਰੇ ਰਲ ਮਿਲ ਕੇ ਰਹਿਣ, ਹਿੰਦੂ ਮੁਸਲਿਮ ਸਿੱਖ ਇਸਾਈ ਸਭ ਇੱਕ ਹੈ, ਇੱਕੋ ਹੀ ਹੋ ਕੇ ਰਹਿਣ। ਇਹ ਸਾਡਾ ਭਾਰਤ ਹੈ, ਇਹਨੂੰ ਸੋਨੇ ਦੀ ਚਿੜੀਆ ਜਿਵੇਂ ਪਹਿਲਾਂ ਸੀ ਸੋਨੇ ਦੀ ਚਿੜੀਆ, ਇੱਦਾਂ ਹੀ ਸੋਨੇ ਦੀ ਚਿੜੀਆ ਬਣਾਓ ਸਾਰੇ ਰਲ ਮਿਲ ਕੇ। ਹਿੰਦ ਜੈ ਹਿੰਦ ਜੈ ਭਾਰਤ। ਸਾਰਾ ਤੇਰੇ ਸਿਰ ਤੇ ਆਏ ਸਿੱਧ ਪੀਠ ਮਾਂ ਨੈਣਾ ਦੇਵੀ ਪਿੰਡ ਸਰੂ ਮੰਦਿਰ ਡੀ ਮੈਂ ਹੱਬੋਲ ਕਲਾਂ ਮੰਦਿਰ ਮੈਂ ਆਜ ਬਾਬਾ ਜੀ ਕੇ ਸਹਿਯੋਗ ਸੇ ਡੀ ਮਲੈਨ ਕਲੋਨੀ ਕੇ ਸਹਿਯੋਗ ਸੇ ਦੇਸ਼ ਕਾ ਤਿਰੰਗਾ ਲਹਿਰਾਇਆ ਗਿਆ ਹੈ। ਸਭੀ ਦੇਸ਼ ਵਾਸੀਓਂ ਕੋ ਗਣਤੰਤਰ ਦਿਵਸ ਕੀ ਬਹੁਤ ਬਹੁਤ ਮੁਬਾਰਕੇ, ਸਭੀ ਮਿਲ ਜੁਲ ਕਰ ਰਹੇ, ਬਸ ਇਹੀ ਮੇਰਾ ਆਸ਼ਵਾਸਨ ਹੈ। ਹਮਾਰੇ MLA ਗੌਰਵ ਬੱਗਾ ਜੀ ਯਹਾਂ ਪਹੁੰਚੇ ਹੈ, ਇਨਕੋ ਵੀ ਹਾਰਦਿਕ ਸ਼ੁਭਕਾਮਨਾਏ। ਨਿੰਦਰ ਮੱਕੜ ਜੀ ਕੋਈ ਹਾਰਦਿਕ ਸ਼ੁਭਕਾਮਨਾਏ, ਔਰ ਹਮਾਰੇ ਡੀਮ ਲੈਣ ਕੇ ਪ੍ਰਧਾਨ ਪ੍ਰਦੀਪ ਗੁਪਤਾ ਜੀ ਕੋ ਹਾਰਦਿਕ ਸ਼ੁਭਕਾਮਨਾਏ। ਜੈ ਹਿੰਦ। ਅੱਜ ਗਣਤੰਤਰ ਦਿਵਸ 'ਤੇ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਜੀ। ਅੱਜ ਅਸੀਂ ਇਕੱਠੇ ਹੋਏ ਹਾਂ ਜੀ ਬਾਬਾ ਮੀਨਾ ਸ਼ਾਹ ਦਰਬਾਰ ਡ੍ਰੀਮ ਲੈਨ ਵਿਖੇ। ਇੱਥੇ ਸਾਡੇ ਵਾਣਯੋਗ ਗੌਰਵ ਬੱਗਾ ਜੀ, ਬਾਬਾ ਜੀ ਮੀਨਾ ਜੀ ਅਤੇ ਮੀਨਾ ਸ਼ਾਹ ਜੀ, ਸਾਡੇ ਪ੍ਰਦੀਪ ਗੁਪਤਾ ਜੀ ਅਤੇ ਮੱਕੜ ਸਾਹਿਬ, ਸਾਰੇ ਅਸੀਂ ਇਕੱਠੇ ਹੋਏ ਹਾਂ ਅੱਜ ਦੇ ਦਿਨ ਝੰਡਾ ਲਹਿਰਾਉਣ ਵਾਸਤੇ। ਅਤੇ ਮੇਰੀ ਸਾਰੇ ਹੀ ਦੇਸ਼ ਵਾਸੀਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਜਿਵੇਂ ਸਾਡੀ ਪਾਰਟੀ ਕਰਪਸ਼ਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਵੀ ਰਲ ਮਿਲ ਕੇ ਸਾਡਾ ਸਹਿਯੋਗ ਦਿਓ ਅਤੇ ਸਾਡਾ ਦੇਸ਼ ਇੱਦਾਂ ਹੀ ਤਰੱਕੀ ਕਰਦਾ ਰਹੇ। ਆਪਾਂ ਰਲ ਮਿਲ ਕੇ ਜਿਵੇਂ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਿਆ ਸੀ, ਆਪਾਂ ਆਪਣੇ ਦੇਸ਼ 'ਚੋਂ ਕਰਪਸ਼ਨ ਨੂੰ ਬਾਹਰ ਕੱਢੀਏ। ਜੈ ਹਿੰਦ ਜੈ ਭਾਰਤ।
26 ਜਨਵਰੀ ਦੇ ਸ਼ੁਭ ਦਿਹਾੜੇ 'ਤੇ ਡ੍ਰੀਮਲੈਂਡ ਵਿਖੇ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਮੀਨਾ ਸ਼ਾਹ ਜੀ ਦੀ ਰਹਿਨਮਾਈ ਹੇਠ ਅੱਜ ਤਿਰੰਗੇ ਦੀ ਸਲਾਮੀ ਜਿਹੜੀ ਸਾਡੇ ਸਤਿਕਾਰਯੋਗ ਯੂਥ ਨੇਤਾ ਐਡਵੋਕੇਟ ਗੌਰਵ ਬੱਗਾ ਖੁਰਾਨਾ ਜੀ ਵੱਲੋਂ ਦਿੱਤੀ ਗਈ ਹੈ। ਮੈਂ ਇਸ ਦਿਹਾੜੇ 'ਤੇ ਜਿੱਥੇ ਇਲਾਕਾ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ, ਉੱਥੇ ਹੀ ਮੈਂ ਸ਼ਹੀਦਾਂ ਨੂੰ ਆਪਣਾ ਨਮਨ ਕਰਦਾ ਜਿਨ੍ਹਾਂ ਦੀ ਬਦੌਲਤ ਦੇਸ਼ ਦੀ ਆਜ਼ਾਦੀ ਆਈ ਔਰ ਦੇਸ਼ ਦੇ ਵਿੱਚ ਆਪਸੀ ਏਕਤਾ ਦੇ ਭਾਈਚਾਰਾ ਕਾਇਮ ਹੋਇਆ। ਅੱਜ ਦੇ ਦਿਨ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਸਮੁੱਚੇ ਦੇਸ਼ ਨੂੰ ਸੰਵਿਧਾਨਿਕ ਮੌਲਿਕ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ ਕਾਨੂੰਨ ਬਣਾ ਕੇ ਦਿੱਤਾ ਔਰ ਉਸ ਦਿਨ ਨੂੰ ਲਾਗੂ ਕਰਨ ਦੇ ਲਈ 26 ਜਨਵਰੀ ਦਾ ਦਿਹਾੜਾ ਹਰ ਸਾਲ ਮਨਾਇਆ ਜਾਂਦਾ। ਮੈਂ ਸਮੂਹ ਦੇਸ਼ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਆਪਸੀ ਵੈਰ ਭੇਦ ਮਿਟਾ ਕੇ ਆਪਸ ਦੇ ਨਾਲ ਆਪਸੀ ਏਕਤਾ ਦੇ ਭਾਈਚਾਰੇ ਨਾਲ ਇਸ ਦੇਸ਼ ਨੂੰ ਆਪਾਂ ਰਾਖੀ ਕਰੀਏ ਔਰ ਇਸ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ। ਜੈ ਹਿੰਦ, ਜੈ ਭਾਰਤ। ਸਾਡੇ ਸਾਰੇ ਟੀਮ ਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋ। ਜਿੱਦਾਂ ਬੱਗਾ ਜੀ ਨੇ ਦੱਸਿਆ, ਡਾਕਟਰ ਅੰਬੇਦਕਰ ਦੀ ਅਗਵਾਈ 'ਚ ਜਿਹੜੀ ਕਮੇਟੀ ਬਣੀ, ਕੌਂਸਟੀਟਿਊਸ਼ਨ ਕਮੇਟੀ, ਜਿਹੜਾ ਸਾਡਾ ਸੰਵਿਧਾਨ ਬਣਿਆ, ਉਹ ਅੱਜ ਦੇ ਦਿਨ ਸਾਡੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਔਰ ਡਾਕਟਰ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਇਹ ਲਾਗੂ ਹੋਇਆ ਔਰ ਸਾਨੂੰ ਸਭ ਨੂੰ ਜਿਹੜੇ ਫੰਡਾਮੈਂਟਲ ਰਾਈਟਸ ਮਿਲੇ, ਜਿਹੜੇ ਆਪਾਂ ਅੱਜ ਵੋਟ ਦੇ ਕੇ ਸਰਕਾਰ ਚੁਣਦੇ ਹਾਂ, ਬਹੁਤ ਸਾਰੇ ਦੇਸ਼ਾਂ 'ਚ ਇਹ ਨਹੀਂ ਹੈ। ਸਾਡੇ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇੱਕ ਇੱਥੇ ਨੀਚੇ ਜਿਹੜਾ ਆਮ ਇਨਸਾਨ ਹੈ ਉਹ ਵੀ ਰਾਜਨੀਤੀ 'ਚ ਉੱਪਰ ਉੱਠ ਸਕਦਾ ਹੈ। ਸਾਡੇ CM ਭਗਵੰਤ ਮਾਨ ਔਰ ਸਾਡੇ PM ਮੋਦੀ ਜੀ ਇਸ ਦੀ ਇਗਜ਼ੈਂਪਲ ਹੈ ਕਿ ਇੱਕ ਆਮ ਇਨਸਾਨ ਵੀ ਸਾਡੀ ਡੈਮੋਕ੍ਰੇਸੀ 'ਚ ਉਹ ਉੱਪਰ ਤੱਕ ਉੱਠ ਸਕਦਾ ਹੈ। ਇਹ ਸਾਡਾ ਫਰਜ਼ ਹੈ। ਇਹ ਜਿਹੜੀ ਸਾਡੇ ਬਜ਼ੁਰਗਾਂ ਨੇ, ਸਾਡੇ ਸ਼ਹੀਦਾਂ ਨੇ ਆਜ਼ਾਦੀ ਲਈ, ਅਸੀਂ ਇਹਨੂੰ ਕਾਇਮ ਰੱਖੀਏ, ਆਪਸ 'ਚ ਆਪਾਂ ਮਿਲ ਜੁਲ ਕੇ ਰਹੀਏ, ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ। ਆਪਾਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਦੇਸ਼ 'ਚ ਮਿਲ ਜੁਲ ਕੇ ਰਹਿ ਰਹੇ ਹਾਂ, ਆਪਾਂ ਇੱਥੇ ਮੁਹੱਲੇ 'ਚ ਵੀ ਸਭ ਨੂੰ ਆਪਾਂ ਸਾਫ਼ ਰੱਖਣਾ, ਕਲੀਨ ਕਰਨਾ ਔਰ ਮਿਲ ਜੁਲ ਕੇ ਰੱਖਣਾ। ਠੀਕ ਹੈ, ਮੇਰੀ ਸਭ ਨੂੰ ਸ਼ੁਭਕਾਮਨਾਵਾਂ। ਥੈਂਕ ਯੂ। ਮਾਤਾ ਕੀ ਜੈ, ਵੰਦੇ ਮਾਤਰਮ। ਅੱਜ ਸਾਡੇ ਦੇਸ਼ ਨੂੰ ਦੇਸ਼ ਸੰਵਿਧਾਨ ਨੂੰ ਲਾਗੂ ਹੋਇਆ 50 ਸਾਲ ਹੋ ਗਏ ਨੇ, 75 ਸਾਲ ਹੋ ਗਏ ਨੇ ਅਤੇ 26 ਜਨਵਰੀ 1950 ਨੂੰ ਸਾਡਾ ਸਾਡੇ ਦੇਸ਼ ਦਾ ਸੰਵਿਧਾਨ ਜੋ ਹੈ ਲਾਗੂ ਹੋਇਆ ਸੀ ਅਤੇ ਬੜੀ ਖੁਸ਼ੀ ਦੀ ਗੱਲ ਇਹ ਸਾਨੂੰ, ਅਸੀਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਸਾਡਾ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰੇ, ਬਹੁਤ ਖੁਸ਼ੀਆਂ 'ਚ ਰਹੇ। ਭਾਰਤ ਮਾਤਾ ਕੀ।